हेलो दोस्तों, थोड़ा साडे चैनल च बहुत बहुत स्वागत है। साडे नाल जुड़े रहने लई, बने रहने लई थोड़ा धन्यवाद। आए दिन अस तुहानू नवी नोटिफिकेशन दिने आ, भावें कोई रिजल्ट नूं लैके होवे, टीचर बेस कोई न्यूज़ होवे जां फिर कोई नवीं गवर्नमेंट जॉब होवे। जिहड़ी अज असीं तुहाडे लई पीएस चैट दे जिहड़े नोट्स ईवीएस दे उह लैके आए हैं। इहदू पहलां असीं पंजाबी दे नोट्स तुहानू दित्ते सी ते चाइल्ड डिवेलपमेंट दे दित्ते सी। जिन्हां ने नहीं देखे तुसीं उह वी वीडियो देखो। ਇਹ ਪੀ ਐੱਸ ਟੈਟ ਦੇ ਇੰਪੋਰਟੈਂਟ ਨੋਟਸ ਆ ਜਿਹੜੇ ਅਸੀਂ ਤੁਹਾਡੇ ਲਈ ਲੈ ਕੇ ਆਉਂਦੇ ਹਾਂ। ਤੁਸੀਂ ਨੋਟ ਕਰਦੇ ਜਾਓ ਅਤੇ ਆਪਦੇ ਨੋਟਸ ਜਿਹੜੇ ਖੁਦ ਤਿਆਰ ਕਰਦੇ ਜਾਓ ਜਾਂ ਫਿਰ ਵੀਡੀਓ ਨੂੰ ਸੇਵ ਕਰਕੇ ਰੱਖੋ। ਪੇਪਰ ਦੇ ਨੇੜੇ ਆ ਕੇ ਤੁਸੀਂ ਸਾਰੀਆਂ ਵੀਡੀਓ ਨੂੰ ਇੱਕ ਵਾਰੀ ਫਿਰ ਸੁਣ ਲਿਓ। ਸਾਰਾ ਸਿਲੇਬਸ ਕਵਰ ਕਰਨ ਦੀ ਅਸੀਂ ਕੋਸ਼ਿਸ਼ ਕਰਦੇ ਹਾਂ, ਸਾਰੇ ਸਬਜੈਕਟ ਨੂੰ ਕਵਰ ਕਰਦੇ ਹਾਂ ਵੀ ਵੱਧ ਤੋਂ ਵੱਧ ਜਿਹੜਾ ਆਪਣੇ ਪੇਪਰ ਦੇ ਵਿੱਚ ਜਿਹੜਾ ਟਾਈਮ ਪਿਆ, ਵੱਧ ਤੋਂ ਵੱਧ ਸਿਲੇਬਸ ਜਿਹੜਾ ਆਪਾਂ ਪੀ ਐੱਸ ਚੈਟ ਦਾ ਕਵਰ ਕਰੀਏ। ਅਤੇ ਇੱਕ ਨਿਊਜ਼ ਉਦੋਂ ਪਹਿਲਾਂ ਦੱਸਦੀ ਹੈ ਕਿ 3582 ਜਿਹੜੀਆਂ ਮਾਸਟਰ ਕੇਂਦਰ ਦੀਆਂ ਜਿਹੜੀਆਂ ਪੋਸਟਾਂ ਨਿਕਲੀਆਂ ਹੋਈਆਂ, ਕਿਉਂਕਿ ਜਿਨ੍ਹਾਂ ਦੀ ਪੋਸਟਿੰਗ ਹੋਈ ਜਾਂਦੀ ਹੈ ਅਤੇ ਉਹਨਾਂ ਦੀਆਂ ਅੱਜ ਨਵੀਆਂ ਜਿਹੜੀਆਂ ਲਿਸਟਾਂ ਆਈਆਂ ਉਹ ਹਿੰਦੀ ਦੀ ਅਤੇ ਇੰਗਲਿਸ਼ ਦੀ। ਜਿਹੜੀ ਨਵੀਂ ਲਿਸਟ ਆਈ ਹੈ ਜਿਹੜੇ ਕੈਂਡੀਡੇਟ ਨੇ ਹਿੰਦੀ ਦਾ ਅਤੇ ਇੰਗਲਿਸ਼ ਦਾ 3582 ਦੇ ਵਿੱਚ ਪੇਪਰ ਦਿੱਤਾ ਸੀ, ਤੁਸੀਂ ਆਪਦੀ ਲਿਸਟ ਦੇ ਵਿੱਚ ਦੇਖੋ ਤੁਹਾਡਾ ਨਾਮ ਆਇਆ ਕਿ ਨਹੀਂ, ਜਾਂ ਤੁਹਾਡੇ ਕਿਸੇ ਸਾਥੀ ਦਾ ਕਿਸੇ ਦਾ ਨਾਮ ਆਇਆ ਤੁਸੀਂ ਦੇਖੋ ਅਤੇ ਉਹਨਾਂ ਨੂੰ ਸ਼ੇਅਰ ਕਰੋ। ਲਿਸਟਾਂ ਜਿਹੜੀਆਂ ਆਈਆਂ ਪਈਆਂ ਅੱਜ ਨਵੀਆਂ ਲਿਸਟਾਂ ਪਾਈਆਂ, ਅਤੇ ਆਪਾਂ ਸ਼ੁਰੂ ਕਰਦੇ ਹਾਂ ਜਿਹੜਾ ਪੀ ਐੱਸ ਚੈਟ ਦੇ ਜਿਹੜਾ ਅੱਜ ਨਵਾਂ ਟੋਪਿਕ ਹੈ ਇਹ ਹੈ ਜਵਾਲਾਮੁਖੀ ਵੋਲਕੈਨੋ, ਕਿਉਂਕਿ ਇਹਦੇ ਵਿੱਚੋਂ ਜਿਹੜਾ ਇੱਕ ਦੋ ਕੁਸਚਨ ਕਈ ਵਾਰੀ ਪੁੱਛੇ ਜਾਂਦੇ ਆ ਵੋਲਕੈਨੋ ਦੇ ਵਿੱਚੋਂ, ਜਵਾਲਾਮੁਖੀ ਦੇ ਵਿੱਚੋਂ ਜਵਾਲਾਮੁਖੀ ਦੀ ਡੈਫੀਨੇਸ਼ਨ ਨੂੰ ਲੈ ਕੇ ਕੋਈ ਕੁਸਚਨ ਬਣਾ ਦਿਓ ਜਾਂ ਫਿਰ ਕੋਈ ਕਿਸਮਾਂ ਨੂੰ ਲੈ ਕੇ ਕੋਈ ਕੁਸਚਨ ਬਣ ਜਾਏ, ਕਈ ਵਾਰੀ ਬਣ ਜਾਂਦਾ। ਇੱਕ ਵਾਰੀ ਕੁਸਚਨ ਇਹਦਾ ਆਇਆ ਸੀ ਜਵਾਲਾਮੁਖੀ ਦਾ, ਆਪਾਂ ਸ਼ੁਰੂ ਕਰਦੇ ਹਾਂ। ਜਵਾਲਾਮੁਖੀ ਕੀ ਹੈ ਤੁਸੀਂ ਨਾਲ ਨਾਲ ਉਤਾਰਦੇ ਜਾਓ। ਇਹ ਧਰਤੀ ਦੀ ਅੰਦਰੂਨੀ ਪ੍ਰਕਿਰਿਆ ਹੈ ਜਿਸ ਵਿੱਚ ਪਿਘਲਿਆ ਹੋਇਆ ਪਦਾਰਥ, ਜਲਵਾਯੂ ਅਤੇ ਗੈਸਾਂ ਧਰਤੀ ਵਿੱਚੋਂ ਬਾਹਰ ਨਿਕਲਦੀਆਂ ਹਨ। ਇਹ ਧਰਤੀ ਦੀ ਅੰਦਰੂਨੀ ਪ੍ਰਕਿਰਿਆ ਜਿਹਦੇ ਵਿੱਚ ਪਿਘਲਿਆ ਹੋਇਆ ਪਦਾਰਥ ਹੈ ਜਿਹੜਾ, ਜਲਵਾਯੂ ਅਤੇ ਗੈਸਾਂ ਧਰਤੀ ਵਿੱਚੋਂ ਬਾਹਰ ਨਿਕਲਦੀਆਂ, ਇਸ ਪ੍ਰਕਿਰਿਆ ਨੂੰ ਕੀ ਕਹਿੰਦੇ ਆ? ਜਵਾਲਾਮੁਖੀ ਦਾ ਫਟਣਾ। ਕਿਉਂਕਿ ਪੇਪਰ ਦੇ ਵਿੱਚ ਥੋੜ੍ਹੀ ਥੋੜ੍ਹੀ ਜਿਵੇਂ ਮਰਜ਼ੀ ਕੁਸਚਨ ਪੁੱਛਿਆ ਜਾ ਸਕਦਾ ਕਿ ਜਵਾਲਾਮੁਖੀ ਕੀ ਹੈ ਜਾਂ ਜਵਾਲਾਮੁਖੀ ਦਾ ਫਟਣ ਤੋਂ ਕੀ ਭਾਵ ਹੈ। ਅਤੇ ਫਿਰ ਅੱਗੇ ਹੈ ਕਿ ਜਵਾਲਾਮੁਖੀ ਦੀਆਂ ਕਿਸਮਾਂ ਕਿੰਨੀਆਂ ਹੁੰਦੀਆਂ? ਜਵਾਲਾਮੁਖੀ ਦੀਆਂ ਕਿਸਮਾਂ ਇਹਦੇ ਵਿੱਚ ਦੇਖੋ, ਪਹਿਲਾ ਹੈਗਾ ਐਕਟਿਵ ਸਕ੍ਰਿਯ ਜਵਾਲਾਮੁਖੀ, ਦੂਜਾ ਹੈਗਾ ਸੁੱਤੇ ਜਵਾਲਾਮੁਖੀ, ਤੀਜਾ ਡੈੱਡ ਜਵਾਲਾਮੁਖੀ ਮਤਲਬ ਮ੍ਰਿਤ ਜਵਾਲਾਮੁਖੀ। ਮਤਲਬ ਤਿੰਨ ਤਰ੍ਹਾਂ ਦਾ ਜਵਾਲਾਮੁਖੀ ਹੈ ਜਿਹੜਾ ਇਹ ਹੈਗਾ। ਹੁਣ ਆਪਾਂ ਇਹਦੀਆਂ ਕਿਸਮਾਂ ਪੜ੍ਹਦੇ ਹਾਂ ਕਿ ਕਿਸਮਾਂ ਕਿਵੇਂ ਹੈ ਇਹਦੀਆਂ। ਪਹਿਲੀ ਕਿਸਮ ਹੈ ਐਕਟਿਵ ਜਵਾਲਾਮੁਖੀ, ਸਕ੍ਰਿਯ ਜਵਾਲਾਮੁਖੀ, ਜਿਹੜੇ ਜਵਾਲਾਮੁਖੀ ਵਿੱਚੋਂ ਹਰ ਸਮੇਂ ਧੂੰਆਂ ਅਤੇ ਜਲ ਵਾਸ਼ਪ ਲਾਵਾ ਅਤੇ ਰਾਖ ਨਿਕਲਦੀ ਰਹਿੰਦੀ ਹੈ ਉਹਨੂੰ ਸਕ੍ਰਿਯ ਜਵਾਲਾਮੁਖੀ ਕਿਹਾ ਜਾਂਦਾ ਹੈ। ਜਿਵੇਂ ਕਿ ਮਾਊਂਟ ਐਟਨਾ ਐਗਜ਼ੈਂਪਲ ਵੀ ਦਿੱਤੀ ਹੈ, ਜਿਵੇਂ ਕਿ ਮਾਊਂਟ ਐਟਨਾ ਅੱਗੋਂ ਦਿੱਤੀਆਂ ਐਗਜ਼ੈਂਪਲਾਂ ਵੀ ਦਿੱਤੀਆਂ, ਤੁਸੀਂ ਐਂ ਉਤਾਰਦੇ ਜਾਓ ਕਿ ਸਕ੍ਰਿਯ ਜਵਾਲਾਮੁਖੀ ਕਿਹਨੂੰ ਕਹਿੰਦੇ ਹੈ। ਅਗਲਾ ਕਿ ਸੁੱਤੇ ਪਏ ਜਵਾਲਾਮੁਖੀ ਕਿਹੜੇ ਹੈ? ਅਜਿਹੇ ਜਵਾਲਾਮੁਖੀ ਜੋ ਕਾਫੀ ਸਮੇਂ ਤੋਂ ਹਲਚਲ ਵਿੱਚ ਨਹੀਂ ਸਨ ਪਰ ਕਿਸੇ ਵੀ ਸਮੇਂ ਸਕ੍ਰਿਯ ਹੋ ਸਕਦੇ ਹਨ। ਮਤਲਬ ਜਿਹੜੇ ਕਾਫੀ ਸਮੇਂ ਤੋਂ ਹਲਚਲ ਜਿਨ੍ਹਾਂ ਦੇ ਵਿੱਚ ਨਹੀਂ ਹੁੰਦੀ ਪਰ ਇਹ ਨਹੀਂ ਪਤਾ ਕਿ ਕਿਹੜੇ ਸਮੇਂ ਵਿੱਚ ਇਹ ਫਟ ਜਾਣ, ਕਦੋਂ ਵੀ ਫਟ ਸਕਦੇ ਆ, ਉਹਨਾਂ ਨੂੰ ਕੀ ਕਹਿੰਦੇ ਆ? ਪ੍ਰਮੁੱਖਤ ਜਵਾਲਾਮੁਖੀ ਜਾਂ ਸੁੱਤੇ ਜਵਾਲਾਮੁਖੀ ਕਿਹਾ ਜਾਂਦਾ ਹੈ। ਇਹਨਾਂ ਦੀ ਅੱਗੋਂ ਐਗਜ਼ੈਂਪਲ ਵੀ ਹੈ ਜਿਵੇਂ ਫਿਊ ਯਾਮਾ ਵਿਸ਼ ਬਿਆਸ ਜਿਹੜੇ ਜਵਾਲਾਮੁਖੀ। ਅੱਗੋਂ ਹੈ ਮ੍ਰਿਤ ਜਵਾਲਾਮੁਖੀ, ਡੈੱਡ ਜਵਾਲਾਮੁਖੀ, ਅਜਿਹੇ ਜਵਾਲਾਮੁਖੀ ਜਿਨ੍ਹਾਂ ਵਿੱਚ ਪੁਰਾਣੇ ਸਮੇਂ ਤੋਂ, ਦੇਖੋ ਸਮੇਂ ਤੋਂ ਕੋਈ ਹਲਚਲ ਨਹੀਂ ਹੋਈ ਅਤੇ ਨਾ ਹੀ ਕੋਈ ਹਲਚਲ ਹੋਣ ਦੇ ਚਾਂਸ ਹੈ ਉਹਨੂੰ ਕੀ ਕਹਿੰਦੇ ਆ? ਮ੍ਰਿਤ ਜਵਾਲਾਮੁਖੀ। ਜਿਵੇਂ ਕਿ ਕਿਲੀ ਪੰਜਾਰੋ, ਕਹੋ ਸੁਲਤਾਨ, ਇਹ ਵਾਲੇ, ਮਤਲਬ ਉਹ ਜਵਾਲਾਮੁਖੀ ਜਿਹੜੇ ਸੁੱਤੇ ਪਏ ਆ ਅਤੇ ਜਿਨ੍ਹਾਂ 'ਚ ਕੋਈ ਚਾਂਸ ਵੀ ਹੈ ਨਹੀਂ ਉਹਨਾਂ ਨੂੰ ਕਹਿੰਦੇ ਆ ਮ੍ਰਿਤ ਜਵਾਲਾਮੁਖੀ। ਪਰ ਜਿਹੜੇ ਸੁੱਤੇ ਪਏ ਆ ਪਰ ਉਹਨਾਂ ਦੇ ਵਿੱਚ ਚਾਂਸ ਹੈਗਾ ਕਿ ਉਹ ਜਦੋਂ ਮਰਜ਼ੀ ਫਟ ਸਕਦੇ ਆ ਉਹਨਾਂ ਨੂੰ ਕਹਿੰਦੇ ਆ ਸੁੱਤੇ ਪਏ ਆ ਪ੍ਰਮੁੱਖ ਜਿਹੜੇ ਜਵਾਲਾਮੁਖੀ। ਜਿਹੜਾ ਅਗਲੀ ਤੀਜੀ ਟਾਈਪ ਸੀ ਉਹ ਸੀ ਮ੍ਰਿਤ ਜਵਾਲਾਮੁਖੀ ਜਾਂ ਸ਼ਾਂਤ ਜਵਾਲਾਮੁਖੀ। ਇਹ ਆਪਾਂ ਕੀਤੀਆਂ ਜਵਾਲਾਮੁਖੀ ਦੀਆਂ ਤਿੰਨ ਟਾਈਪਸ। ਈਵੀਐੱਸ ਦੇ ਹੋਰ ਵੀ ਨੋਟਸ ਲਿਆਵਾਂਗੇ ਅਤੇ ਪੰਜਾਬੀ ਦੇ ਵੀ ਤੁਹਾਨੂੰ ਡੇਲੀ ਨੋਟਸ ਅਸੀਂ ਦਿੰਦੇ ਹਾਂ। ਪੰਜਾਬੀ ਵੀ ਤਿਆਰ ਕਰਦੇ ਜਾਓ, ਈਵੀਐੱਸ ਵੀ, ਸਾਈਕੋ ਵੀ, ਅਤੇ ਬਣੇ ਰਹੋ ਤੁਸੀਂ ਸਾਡੇ ਨਾਲ।
ਹੋਰ ਵੀ ਨਿਊਜ਼ ਦੇਵਾਂਗੇ। ਧੰਨਵਾਦ।